ਦੀ ਮੋਟਾ ਸਿੰਘ ਨਗਰ ਮਾਰਕੀਟ ਵਿੱਚ ਜੂਏ ਦੇ ਅੱਡੇ ਤੇ ਜੂਏ ਦੇ ਲੁੱਟਣ ਨੂੰ ਲੈ ਕੇ ਦੋ ਧੀਰਾਂ ਵਿਚਕਾਰ ਆਪਸੀ ਝੜਪ ਹੋ ਗਈ, ਜਿਸ ਵਿੱਚ ਦੋਵੇਂ ਧੀਰਾਂ ਦੇ ਚਾਰ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਜੂਏ ਦਾ ਅੱਡਾ ਚਲਾਉਣ ਵਾਲਾ ਮਾਗਾ, ਉਸਦਾ ਪੁੱਤਰ ਅਤੇ ਭਤੀਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਦੂਜੇ ਪਾਸੇ ਜੂਆ ਲੁੱਟਣ ਆਏ ਵਿਅਕਤੀ ਅਮਨ, ਜੋ ਕਿ ਰਾਜ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ, ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਦੌਰਾਨ ਮਾਗਾ ਦੇ ਸਮਰਥਕਾਂ ਵੱਲੋਂ ਡਾਕਟਰ ਤੇ ਨਰਸਾਂ ਨਾਲ ਗਾਲੀ ਗਲੋਚ ਵੀ ਕੀਤੀ ਗਈ। ਜਦੋਂ ਪੁਲਿਸ ਵੱਲੋਂ ਮਾਗਾ ਦੇ ਸਮਰਥਕਾਂ ਤੇ ਉਸਦੇ ਭਤੀਜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ। ਮਾਗਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਅੱਡੇ ਤੇ ਬੈਠ ਕੇ ਬੋਲੀ ਲਗਾ ਰਹੇ ਸਨ ਕਿ ਅਚਾਨਕ 7 ਤੋਂ 8 ਵਿਅਕਤੀ ਆਏ ਅਤੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਨਾਲ ਹੀ 5 ਲੱਖ ਰੁਪਏ ਲੁੱਟ ਕੇ ਲੈ ਗਏ। ਅਸੀਂ ਬੱਸ ਸਟੈਂਡ ਦੇ ਸਾਡੀਆਂ ਦੁਕਾਨਾਂ ਨੇ, ਜਦ ਕਿ ਆਪਾਂ ਬੱਸ ਸਟੈਂਡ ਦੇ ਆਪਣੀ ਦੁਕਾਨ ਕਿਸ ਨਾਮ ਤੋਂ ਦੁਕਾਨਾਂ ਤੁਹਾਡੀਆਂ? ਸਾਡੀਆਂ ਲਾਟਰੀ ਦੀਆਂ ਦੁਕਾਨਾਂ ਬੱਸ ਸਟੈਂਡ ਤੇ, ਠੀਕ ਹੈ। ਇੱਕ ਆਪਣਾ ਦਫ਼ਤਰ ਹੈ ਜਿੱਥੇ ਆਪਾਂ ਕਮੇਟੀ ਦੀ ਬੋਲੀ ਕਰਾਉਣ ਦੇ ਸੀਗੇ, ਮੇਰੇ ਮਾਮਾ ਜੀ ਬੱਸ ਸਟੈਂਡ ਦੇ ਪ੍ਰੈਜ਼ੀਡੈਂਟ ਨੇ, ਪ੍ਰਧਾਨ ਨੇ ਉੱਥੋਂ ਦੇ। ਕੀ ਨਾਮ ਉਹਨਾਂ ਦਾ? ਚੰਦਨ ਕੁਮਾਰ ਮਾਗਾ, ਠੀਕ ਹੈ। ਅਸੀਂ ਬੋਲੀ ਕਰਾ ਰਹੇ ਸੀਗੇ, ਉੱਤੋਂ 6-7 ਬੰਦਿਆਂ ਦੇ ਝੁੰਡ ਨੇ ਆ ਕੇ ਸਾਡੇ 'ਤੇ ਹਮਲਾ ਕੀਤਾ, ਠੀਕ ਹੈ। ਉਹਨਾਂ ਨੇ ਦਾਤ ਮਾਰ ਕੇ ਸਾਰਾ ਕੈਸ਼ ਉੱਤੋਂ ਖੋਲਿਆ ਉਹਨਾਂ ਕੋਲ, ਕਰੀਬ 4.5-5 ਲੱਖ ਰੁਪਇਆ ਕੈਸ਼ ਸੀਗਾ ਕਮੇਟੀ ਜਿਹੜੀ ਮਤਲਬ ਜਾਣੀ ਸੀ ਬੰਦੇ ਨੇ ਉਹਦਾ, ਅਤੇ ਉਸ ਤੋਂ ਬਾਅਦ ਇਹਨਾਂ ਨੇ ਦਾਤ ਮਾਰ ਕੇ 2 ਬੰਦਿਆਂ ਨੂੰ ਥੱਲੇ ਲੈ ਕੇ ਆ ਗਏ। ਮੇਰੇ ਵੀ ਇੱਕ ਦਾਤ ਵੱਜਾ, ਮੈਂ ਉੱਪਰ ਡਿੱਗਾ ਰਿਹਾ ਪਹਿਲੇ, ਬਾਅਦ 'ਚ ਉਹਨਾਂ ਨੇ ਉਹਨਾਂ ਦੇ ਦਾਤ ਦੂਤ ਮਾਰੇ, ਉਹਨਾਂ 'ਚੋਂ ਇੱਕ ਬੰਦੇ ਨੂੰ ਫੜਿਆ, ਉਹਨੂੰ ਫੜ ਕੇ ਹੀ ਇੱਥੇ ਲੈ ਕੇ ਆਏ ਆ, ਅਤੇ ਡਾਕਟਰ ਉਹਦਾ ਇਲਾਜ ਕਰ ਰਿਹਾ, ਜਦ ਕਿ ਸਾਡੇ 3 ਬੰਦੇ ਫੱਟੜ ਹੋਏ ਪਏ। ਇੱਕ ਬੰਦਾ 2 ਵਾਰੀ ਬੇਹੋਸ਼ ਹੋ ਕੇ ਡਿੱਗ ਪਿਆ, ਉਹਨੂੰ ਵਾਰ ਵਾਰ ਹੀ ਹਲਾ ਹਲਾ ਕੇ ਠਾ ਰਹੇ ਆ, ਜੇ ਕੋਈ ਗੱਲ ਹੋ ਗਈ ਉਸਦੇ ਜ਼ਿੰਮੇਵਾਰ ਇਹ ਖੁਦ ਹੋਣਗੇ, ਅਸੀਂ ਨਹੀਂ। ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ 'ਚੋਂ ਇੱਕ ਬੰਦਾ ਫੜਿਆ ਆ, ਉਸਦੇ ਅੰਦਰ ਹੈਗਾ ਆ ਸਿਵਲ ਹਸਪਤਾਲ ਦੇ ਅੰਦਰ ਉੱਧਰ ਕਮਰੇ 'ਚ, ਤਾਂ 2 ਬੰਦੇ ਸਾਡੇ ਉੱਧਰ ਪਏ ਨੇ, ਇੱਕ ਮੈਂ ਆ ਇੱਥੇ ਫੱਟੜ ਹੋਇਆ। 3 ਬੰਦੇ ਫੱਟੜ, ਉਹਨਾਂ ਦਾ ਨਾਮ ਕੀ ਹੈਗਾ? ਚੰਦਨ ਕੁਮਾਰ ਮਾਗਾ, ਰਾਹੁਲ ਅਰੋੜਾ ਜੋ ਕਿ ਮੈਂ ਆ, ਇੱਕ ਦਿਨੇਸ਼ ਵਰਮਾ ਮੇਰਾ ਮਿੱਤਰ ਹੈਗਾ। ਜਿਨ੍ਹਾਂ ਨੇ ਹਮਲਾ ਕੀਤਾ ਤੁਸੀਂ ਉਹਨਾਂ ਨੂੰ ਜਾਣਦੇ? ਨਹੀਂ, ਉਹਨਾਂ ਨੂੰ ਨਹੀਂ ਜਾਣਦੇ ਜੀ। ਦੋ ਪਾਕੇ ਲੜਕੇ ਆਈਆਂ, ਇੱਕ ਬਾਹਰ 'ਚ ਪਹਿਲਾਂ ਰੌਲਾ ਪੈਂਦਾ ਸੀ, ਇੱਕ ਤਾਂ ਜ਼ਿਆਦਾ ਸੱਟਾ ਆ, ਉਹ ਮੇਰੇ ਕਮਰੇ 'ਚ ਆ ਗਿਆ, ਪਹਿਲਾਂ ਬੰਦ ਕਰ ਲਿਆ, ਤਾਂ ਮੈਂ ਬਾਹਰ ਭੇਜ ਰਿਹਾ ਮਾਈਨੋਰਟੀ ਦੇਖਣ ਲਈ। ਉਹਨੂੰ ਰੌਲਾ ਪਾਇਆ ਅਤੇ ਕਾਫੀ ਬੰਦੇ ਮਾਈਨੋਰਟੀ ਭੇਜਿਆ, ਉਹਦੇ ਸਿਰ 'ਤੇ ਜ਼ਿਆਦਾ ਸੱਟ ਆ, ਉਹਦੇ ਜ਼ਿਆਦਾ ਪਹਿਲਾਂ ਉਹਨੂੰ ਦੇਖਣਾ, ਇੱਕ ਤਾਂ ਇੱਕ ਸੱਟ ਸੀ ਉਹਨੂੰ, ਮੈਂ ਕਿਹਾ ਬੈੱਡ 'ਤੇ ਬਿਆ ਤੇਰੇ ਪੱਟੀ ਕਰ ਦਿੰਦੇ, ਉਹ ਲੜਨ ਲੱਗ ਪਿਆ, ਮੈਨੂੰ ਹੱਥੋਂ ਫੇਰ ਕਰ ਰਿਹਾ ਵੀ ਉਹਦਾ ਪਹਿਲਾਂ ਕੋਈ ਟ੍ਰੀਟਮੈਂਟ ਸਾਡਾ ਟ੍ਰੀਟਮੈਂਟ ਕੀਤਾ ਜਾਵੇ। ਮੈਂ ਤਾਂ ਸਿਰਫ ਇਹੀ ਹੈ ਵੀ ਮੈਂ ਇਲਾਜ ਕਰਨ ਲਈ ਬੈਠਾ, ਗਾਲਾਂ ਸੁਣਨ ਲਈ, ਧਮਕੇ ਸੁਣਨ ਲਈ ਬੈਠਾ ਸੀ, ਇਸ ਕਰਕੇ ਸਾਰੇ ਸਟਾਫ ਨੇ ਅਸੀਂ ਐਮਰਜੈਂਸੀ ਦਾ ਕੰਮ ਬੰਦ ਕਰਤਾ। ਸਰ ਤੁਹਾਡੇ ਨਾਲ ਧੱਕਾ ਮੁੱਕੀ ਕੀਤੀ ਹੋਈ ਆਪਰੇਸ਼ਨ ਮਾਈਨੋਰਟੀ ਹੋਈ ਹੈ, ਬਾਹਰ ਹੋਈ ਮੈਨੂੰ, ਮੇਰੇ ਸਾਹਮਣੇ ਛੇ ਨੇ ਗਾਲਾਂ ਕੱਢ ਰਹੇ ਮੈਨੂੰ ਇਹ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਜੂਆ ਲੁੱਟਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਦੋਵੇਂ ਧਿਰਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋ ਕੋਈ ਦੋਸ਼ੀ ਹੋਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਸ਼ਾਮੀ ਕੰਟਰੋਲ ਰੂਮ ਤੇ ਖਬਰ ਆਈ ਸੀ ਵੀ ਇਦਾਂ ਕਰਕੇ ਲੜਾਈ ਝਗੜਾ ਹੋ ਗਿਆ, ਤੇ ਸਾਡੇ SHO 6 ਮੌਕੇ ਦੇ ਉੱਤੇ ਗਏ, ਔਰ ਉਹਨਾਂ ਨੇ ਜਦੋਂ ਗਏ ਤੇ ਇਹ ਦੋਨੋਂ ਧਿਰਾਂ ਜਿਹੜੀਆਂ ਐਡਮਿਟ ਹੋ ਗਈਆਂ ਤੇ ਹੁਣ ਹਸਪੀਟਲ ਵਿੱਚ ਆਏ ਆ, ਤੇ ਇੱਥੇ ਆ ਕੇ ਜਿਹੜੇ ਇੱਕ ਚੰਦਨ ਜਿਹੜਾ ਨਾਂ ਦਾ ਬੰਦਾ ਜਿਹੜਾ ਨਾਲ ਉਹਦਾ ਇੱਕ ਭਾਣਜਾ ਤੇ ਇੱਕ ਇਹਨਾਂ ਦਾ ਵਰਕਰ, ਇਹ 3 ਬੰਦਿਆਂ ਦੇ ਸੱਟਾਂ ਲੱਗੀਆਂ ਆ, ਔਰ ਸੱਟਾਂ ਬਚਾਅ ਹੋ ਗਿਆ ਇਹਨਾਂ ਦੇ, ਕੋਈ ਜ਼ਿਆਦਾ ਸੱਟਾਂ ਨਹੀਂ ਗੀਆਂ, ਔਰ ਜਿਹੜੀ ਦੂਜੀ ਪਾਰਟੀ ਦਾ ਬੰਦਾ ਆ ਉਹ ਦੂਸਰੇ ਹੋਸਪਿਟਲ ਐਡਮਿਟ ਆ, ਉਹਦਾ ਅਜੇ ਪਤਾ ਕਰਨ ਜਾ ਰਿਹਾ ਮੈਂ। ਔਰ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਉੱਥੇ ਬੈਠੇ ਜਿਹੜੇ 8-10 ਬੰਦੇ ਸੀਗੇ ਅੰਦਰ, ਔਰ ਇਹ ਉੱਥੇ ਬੈਠੇ ਜਿਹੜੇ ਆ ਜੂਆ ਖੇਡ ਰਹੇ ਸੀਗੇ, ਅਤੇ ਇਹਨਾਂ ਦੇ ਕਹਿਣ ਮੁਤਾਬਕ ਦੂਜੇ ਬੰਦੇ ਆਏ ਤਾਂ ਉਹਨਾਂ ਨੇ ਆ ਕੇ ਸਾਡੇ ਨਾਲ ਹੱਥੋਂ ਪਾਈ ਕੀਤੀ ਔਰ ਸਾਡੇ ਨਾਲ ਲੁੱਟ ਕੀਤੀ ਆ। ਇਹ ਹੁਣ ਮਾਮਲਾ ਜਿਹੜਾ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ,
ਔਰ ਇਹਦੇ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਪਰਚਾ ਦਰਜ ਕਰਾਂਗੇ। ਇੱਕ ਸਰ ਸਿਵਲ ਹਸਪਤਾਲ 'ਚ ਹੰਗਾਮਾ ਵੀ ਹੋਇਆ ਅਤੇ ਡਾਕਟਰ ਜਿਹੜੇ ਔਨ ਡਿਊਟੀ ਉਹਨਾਂ ਦੇ ਹੱਥੋਂ ਹੋਏ ਉਹਦੇ ਬਾਰੇ ਕੀ ਐਕਸ਼ਨ ਦਿੱਤਾ ਗਿਆ? ਬਿਲਕੁਲ ਜੀ, ਅਸੀਂ ਡਾਕਟਰ ਸਾਹਿਬ ਦੇ ਨਾਲ ਜੇ ਕਿਸੇ ਨੇ ਮਿਸਬਿਹੇਵ ਕੀਤਾ ਹੋਇਆ ਜੋ ਵੀ ਹੋਇਆ ਅਸੀਂ ਉਹਨਾਂ ਦੀ ਵੀ ਸਟੇਟਮੈਂਟ ਲੈ ਕੇ ਜਿਹਨੇ ਵੀ ਕੀਤਾ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਕਿਸੇ ਨੂੰ ਵੀ ਕੋਈ ਵੀ ਇੱਦਾਂ ਦਾ ਕਾਨੂੰਨ ਹੱਥ 'ਚ ਲੈਣਾ ਜਾਂ ਕਿਸੇ ਇੱਦਾਂ ਅਫਸਰ ਦੇ ਹੱਥ ਗਲ ਪੈਣਾ ਉਹ ਨਹੀਂ ਅਲਾਓ ਕਰਦਾ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ, ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।